ਮੱਥਾ ਟੇਕਦੇ ਸਮੇਂ ਗੁਰੂ ਗ੍ਰੰਥ ਸਾਹਿਬ ਅੱਗੇ ਇਹ ਪ੍ਰਗਟਾਵਾ ਕਰਦਾ ਹੈ ਕਿ ਅਸੀਂ ਗੁਰੂ ਅੱਗੇ ਆਪਣੀ ਮੱਤ ਛੱਡ ਦਿੱਤੀ, ਤਿਆਗ ਦਿੱਤੀ, ਆਪਣੀ ਖੋਟੀ ਮੱਤ, ਆਪਣੇ ਵਿਕਾਰ, ਆਪਣੇ ਪਾਪ, ਆਪਣੇ ਅਵਗੁਣ ਗੁਰੂ ਨੂੰ ਦੇ ਦਿੱਤੇ। ਸਾਡੀ ਕਮਾਈ ਇਹੀ ਸੀ, ਗੁਰੂ ਨੂੰ ਦੇ ਦਿੱਤੀ। ਗੁਰੂ ਲੈ ਕੇ ਆਪਣੀ ਕਮਾਈ ਨੂੰ ਸਾਡੀ ਝੋਲੀ ਵਿੱਚ ਪਾਉਂਦਾ ਹੈ। ਦਇਆ, ਧਰਮ, ਸਿੱਖੀ, ਜੋ ਆਪਣੇ ਅਵਗੁਣ ਗੁਰੂ ਕੋਲ ਛੱਡ ਗਿਆ ਅਤੇ ਜੋ ਬਿਰਥੀ ਕੋਈ ਆਵੇ ਲੈ ਕੇ ਪਾਪ ਦੀ, ਵਿਕਾਰ ਦੀ, ਅਵਗੁਣ ਦੀ, ਉਹ ਲੈ ਜਾਂਦਾ ਹੈ ਉੱਥੋਂ। ਗੁਰੂ ਰੱਖਦਾ ਨਹੀਂ ਆਪਣੇ ਕੋਲ, ਉੱਥੇ ਪਈ ਰਹਿੰਦੀ ਹੈ। ਜੈਸੀ ਅਵਸਥਾ ਤੈਸੀ ਪ੍ਰਾਪਤੀ।